ਜੇ ਸਿੱਧੀਆਂ ਗੱਲਾਂ ਪੁੱਛਣੀਆਂ ਨਹੀਂ ਸੀ ਮੇਰੇ ਕੋਲ, ਸਿੱਧੀਆਂ ਨਾ ਸਿੱਧੀਆਂ ਆ ਨਾ ਸਿੱਧੀਆਂ ਗੱਲ ਕਰਨਾ ਨਾ ਭਾਵੇਂ ਕੋਈ ਮੈਨੂੰ ਮਾਰ ਛੱਡੇ। ਲਾਭ ਸਿੰਘ ਸੀ ਹਾਂ, ਉਹਦਾ ਬੱਚਾ ਨਾ ਸ਼ੇਰਵਾਕ ਨਿਕਲਿਆ। ਅੱਛਾ, ਆਪ ਲਾਭ ਸਿੰਘ ਨੰਬਰਦਾਰ ਦੀ ਗੱਲ ਕਰਦੇ ਪਏ? ਹਾਂ, ਲਾਭ ਸਿੰਘ ਨੰਬਰਦਾਰ ਦੀ। ਹਾਂ ਹਾਂ, ਤੇ ਉਹ ਜਿਸ ਦੀ ਦੁਕਾਨ ਨਹੀਂ ਹੈ ਉੱਥੇ ਕੁਦਰਤੀ ਬੈਠਾ ਸੀ। ਅੱਛਾ, ਉਹ ਇੱਕ ਨਾਲ ਬੰਦਾ ਬੈਠਾ ਸੀ। ਅੱਛਾ, ਤੁਹਾਡੀ ਆਪਣੀ ਬਰਾਦਰੀ ਦਾ। ਉਹ ਆਂਦਾ ਇਹ ਕਿਹੜਾ ਲੱਗਿਆ? ਪਤਾ ਕਿ ਉਹਨੂੰ ਸੀ ਨਾ ਮੇਰਾ ਮੁੰਡਾ ਮੇਰਾ ਹੀ। ਅਗਰ ਕਿਹੜਾ ਹੈ ਤੇਰਾ ਬੱਚਾ? ਅਗਰ ਉਹ ਇੱਥੇ ਦੇ ਬਜਾ ਉਹਨੇ ਸਿਰ ਪਾਇਆ। ਅੱਛਾ, ਉਹ ਭਰ ਕੇ ਨਾ ਮਿਰਚੀ ਦਾ ਬੁੱਕ ਤੇ ਉਹਦੇ ਸਿਰ ਪਾ ਦਿੱਤਾ ਆਪਣੇ ਬੱਚੇ ਵਿੱਚ। ਕਾਹਦੇ ਵਾਸਤੇ? ਭਾਈ ਪੁੱਤਰ ਇਸ ਤਰ੍ਹਾਂ ਸਾਰੀਆਂ ਜਿਵੇਂ ਸਾਡੀਆਂ ਧੀਆਂ ਨੇ ਇਸ ਤਰ੍ਹਾਂ ਧੀਆਂ ਪਾਇਆ ਨੇ ਪੱਗ ਸਿਰ ਪਰਦਾ ਕਰਕੇ ਤੇ ਜਾਓ। ਥੋੜਾ ਕੁ ਪਿਆਰ ਮੁਹੱਬਤ ਦੱਸੋ ਕਿ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਤੇ ਜਿਹੜੇ ਹਿੰਦੂ ਜਿੰਨੇ ਵੀ ਇੱਥੇ ਮਜ਼ਹਬ ਰਹਿੰਦੇ ਹੋ, ਤੁਸੀਂ ਵੀ ਹੋ ਗਏ ਮੁਸਲਮਾਨ ਹੋ ਗਏ, ਪਿਆਰ ਮੁਹੱਬਤ ਕਿਵੇਂ ਦਾ ਸੀ ਆਪਸ ਦਾ? ਪਿਆਰ ਮੁਹੱਬਤ ਇਹਦਾ ਸੀ। ਹਾਂਜੀ, ਵੀ ਜਿਹੜੇ ਅੱਜ ਗਿਆ ਕਿ ਮੈਂ ਸ਼ਾਦੀ ਜਾਂ ਮੈਂ ਬੱਚੀ ਦੀ ਵੀ ਸ਼ਾਦੀ ਜਾਂ ਪਿਓ ਬੱਚੇ ਦੀ ਸ਼ਾਦੀ। ਅੱਛਾ, ਤੇ ਜਿੱਧਰ ਗਿਆ ਕਦੀ ਉਹਨੇ ਆਖਿਆ ਵੀ ਹੁਣ ਜੇ ਮੇਰੇ ਵੱਲ ਆਪ ਤੇ ਆਉਣਾ ਨਹੀਂ ਸੀ ਤੇ ਆ ਗਿਆ ਤੇ ਦੂਜੇ ਘਰ ਨਹੀਂ ਹੋ ਜਾਣਾ। ਆਪਣੇ ਬਚਪਨ ਦੀ ਗੱਲਾਂ ਸੁਣਾਓ ਸਾਨੂੰ। ਮਾਮੂ ਜਿਹੜੇ ਨੇ ਹੋਰ ਹੀ ਪਰੇ ਨੇ, ਅੱਗੇ ਜਾਂ ਘਰ ਹੀ ਆਉਣਾ ਤੇ ਰਿਸ਼ਤੇਦਾਰੀ ਦੂਰੀ ਮਨਾਣੀ ਜਾਂ ਕਿਤੇ ਵਿਆਹ ਢੰਗ ਜਾਣਾ ਕਿਸੇ ਭਾਈ ਭਰਾਵਾਂ ਦੇ ਉਹਦੇ ਘਰ ਲੈ ਗਿਆ ਜਾਣਾ। ਮੈਂ ਨੇ ਖੜਕ ਕਾਂਦੇ ਨਹੀਂ ਮਗਰ ਵੀ ਚਲੇ ਜਾਂਦੇ ਪੈਲੀਆਂ ਚ ਵੀ। ਹਾਂ, ਨਾਲੇ ਪੱਠੇ ਲਿਆਉਣੇ ਤੇ ਆਂਦੇ ਸ਼ੇਪ ਕਰਦੇ ਕਰਦੇ ਧੌਂਦ ਰੱਖਦੇ ਆ ਉਤਰਾ ਵਿਆਹ ਦੱਸ ਪੱਠੇ ਦੇਣੇ ਕਿ ਨਹੀਂ। ਉਹ ਨੇ ਬਾਬਾ ਉਹ ਨੇ ਕੀ ਉਹ ਜਦ ਵੇਖ ਨਾ ਬੰਡਾਲੇ ਉਹਨਾਂ ਮਗਰ ਜਾਣਾ ਲੱਗਿਆ ਸਮੀ ਜੇ ਜਾਣਾ ਜਾਂ ਲੋਹਾਰ ਜਾਂ ਦੰਦੇ ਕੱਢ ਕੇ ਆਉਣਾ ਤੇ ਉਸ ਪੰਜ ਕਣਕ ਨਹੀਂ ਪਾਖ ਲਿਆਉਣੀ ਨਾਲੇ ਸ਼ੇਪ ਸ਼ੂਪ ਕਰ ਰਹੇ ਨੇ ਨਾਲੇ ਆਉਂਦੇ ਆ ਪੱਠੇ ਲੈ ਆਉਂਦੇ ਆ ਪਰ ਕਣਕ ਦੇ ਵੀ ਲੈ ਆਉਂਦੇ ਆ ਪਰ ਕਣਕ ਦੀ ਲੋਣੀ ਮਹਾਰਾਜ ਨੂੰ ਕਹਿੰਦੇ। ਹਾਂ ਅੱਛਾ, ਜਿਹੜੀ ਮਾਛੀ ਕੇ ਪਾਣੀ ਵੀ ਮਗਰ ਲਾਉਂਦੇ ਆ ਜਿਹੜੇ ਮਾਛੀ ਹਨ ਤੇ ਪਾਣੀ ਉਹ ਦੇਣ ਜਾਂਦੇ ਆ ਤੇ ਉਹਨਾਂ ਨੂੰ ਦੋਸਤਰਾ ਭੜੀਆਂ ਇਕੱਠੀਆਂ ਕਰ। ਅੱਛਾ, ਤੇ ਸਿੱਖ ਆਪਣੀ ਲੋਹੜੀ ਮਨਾਉਂਦੇ ਹੁੰਦੇ? ਹਾਂ ਹਾਂ, ਕਿਵੇਂ ਮਨਾਉਂਦੇ ਥੋੜੀ ਦੱਸੋ ਹਾਂ ਕੀ ਕਰਦੇ ਹਨ? ਲੋਹੜੀ ਮਨਾਉਂਦੇ ਹਨ, ਫੁੱਲੇ ਪਕਾ ਲੈਣੇ ਗੁੜ ਦੇਣਾ ਹੈ ਫੁੱਲੇ ਦਾਣੇ ਦਾਣੇ ਛਲੀਆਂ ਦੇ ਜਿਹੜੇ ਹੁੰਦੇ ਇਹ ਫੁੱਲੇ ਅੱਜ ਫੁੱਲੇ ਹੋਣੇ ਉਹ ਚੋਈਆਂ ਗੋੜ ਪਾ ਦੇਣਾ। ਅੱਛਾ, ਹਾਂ ਤੇ ਨਾਲ ਪਾ ਹੈ ਦੇਣੇ। ਅੱਛਾ ਜੀ, ਬੈ ਲਓ ਜੀ। ਹਾਂ ਤੇ ਜਾ ਕੇ ਤੌੜੀਆਂ ਭਰਨੀਆਂ ਮੂੰਹ ਮਾਈ ਕਰ ਲਾ। ਅੱਛਾ ਅੱਛਾ, ਹੈ ਕੁੜੀਆਂ ਮੁੜੀਆਂ ਮੰਦੀਰ ਬਣ ਕੇ ਲੱਗਿਆ ਜਾਣ ਕਰ ਆ ਜਾਇਆ ਘਰ ਉਹ ਦੂਜੇ ਪੁਗਾਈ ਸਕਾ ਹੀ ਨਿਕਲੇ ਤੇ ਦੂਜੇ ਘਰ ਜਾ ਬਲੇ ਇਸ ਲਈ। ਅਸਲਾਮ ਅਲੈਕਮ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਵੀਰ ਮੁਹੰਮਦ ਅਮੀਰ। ਨਜ਼ਰੀ ਤੁਸੀਂ ਵੇਰੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। 1947 ਤੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ। ਅਸੀਂ ਪਿੰਡ ਪਹੁੰਚੇ ਜੀ ਮਦਾਰ, ਜ਼ਿਲ੍ਹਾ ਇਹਦਾ ਹੈਗਾ ਸ਼ੇਖੂਪੁਰਾ। ਸਾਡੇ ਨਾਲ ਜਿਹੜੇ ਬਜ਼ੁਰਗ ਬੈਠੇ ਨੇ ਮਸੀਹ ਕ੍ਰਿਸਚੀਅਨ ਨੇ, ਐਸੇ ਪਿੰਡ ਦੇ ਵਸਨੀਕ ਨੇ, ਇਹਨਾਂ ਨੂੰ ਪੁੱਛਦੇ ਹਾਂ। ਸਾਨੂੰ ਪਤਾ ਲੱਗਾ ਇੱਥੇ ਪਿੰਡ ਵਿੱਚ ਤਕਰੀਬਨ 90% ਜਿਹੜੇ ਸਿੱਖ ਸਰਦਾਰ ਰਹਿੰਦੇ ਸਨ, ਯਾਨੀ ਮਾਲਕ ਸਹੀ ਜਿਹੜੇ 47 ਤੋਂ ਪਹਿਲੇ ਸਿੱਖ ਹੀ ਸਨ। ਥੋੜ੍ਹੇ ਘਰ ਚੰਦ ਘਰ ਕਹਿ ਲਓ ਕਿ ਜਿਹੜੇ ਮੁਸਲਮਾਨਾਂ ਦੇ ਹਾਂ, ਕੋਈ ਤੇਲੀ ਗੁਲਵਾਰ ਕੋਈ ਇੱਕ ਅਧਾ ਰਾਈਆਂ ਦਾ ਘਰ ਸੀ ਦੱਸਦੇ ਨੇ 47 ਤੋਂ ਪਹਿਲੇ, ਬਾਕੀ ਸਾਰੇ ਜਿਹੜੇ ਸਿੱਖ ਸਰਦਾਰ ਇੱਥੇ ਰਹਿੰਦੇ ਹਨ। ਅਤੇ ਪਿੰਡ ਦੇ ਵਸਨੀਕ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ, ਇਹਨਾਂ ਨੂੰ ਪੁੱਛਣਾ ਕਿ ਇੱਥੇ ਕਿਹੜੇ ਸਿੱਖ ਸਰਦਾਰ ਰਹਿੰਦੇ ਹਨ, ਘਰ ਬਾਰ ਕਿਵੇਂ ਦੇ ਸਨ।
ਉਹਨਾਂ ਦਾ ਮੁਸਲਮਾਨਾਂ ਨਾਲ ਵਰਤਾਓ ਕਿਵੇਂ ਦਾ ਸੀ ਅਤੇ ਉਹਨਾਂ ਦੇ ਖੂਹ ਵਗੈਰਾ ਕਿੱਥੇ ਸਨ ਅਤੇ ਕਿਵੇਂ ਦਾ ਵਰਤਾਂ ਵਰਤਾਨ ਸੀ ਜਦੋਂ ਗਏ, ਵਾਟੁਕ ਹੋਈ, ਲੋਟ ਸੀਟ ਹੋਈ ਜਾਂ ਕਿਵੇਂ ਗਏ, ਕਿਵੇਂ ਨਿਕਲੇ ਪਿੰਡੋਂ, ਉਹ ਸਾਰੀਆਂ 47 ਵਾਲੀਆਂ ਗੱਲਾਂ ਇਹਨਾਂ ਨਾਲ ਸਾਂਝੀਆਂ ਕਰਨੇ ਆ ਅਤੇ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮਨ ਕਰਨਾ, ਤੁਹਾਡੀ ਬੜੀ ਮਿਹਰਬਾਨੀ ਤੇ ਉਹ ਗੱਲ ਇਹਨਾਂ ਨਾਲ ਸਾਂਝੀ ਕਰੀਏ ਜੀ। ਹਾਂਜੀ ਬਾਬਾ ਜੀ, ਕੀ ਹਾਲ ਹੈ? ਠੀਕ ਹੈ ਜੀ। ਕੀ ਨਾਂ ਆਪਣਾ? ਮੇਰਾ ਨਾਮ ਮੱਖਣ। ਬਾਬਾ ਮੱਖਣ? ਅੱਛਾ ਜੀ। ਤੁਹਾਡੇ ਅੱਬੇ ਦਾ ਨਾਂ ਕੀ? ਸਾਡੇ ਮੇਰੇ ਅੱਬੇ ਦੇ ਨਾਮ ਸੋਹਣਾ ਸੀ, ਉਹਦੇ ਭਰਾ ਜਿਹੜੇ ਸਨ, ਇੱਕ ਨਾਂ ਹੈਗਾ ਸ਼ਮੀਰਾ, ਇੱਕ ਨਾਂ ਹੀਰਾ। ਇੱਕ ਨਾਂ ਹੀਰਾ। ਤੇਰੇ ਦਾਦੇ ਦਾ ਨਾਂ ਬਾਬਾ? ਮੰਗੋਗੇ ਆਪਣਾ ਜਦੋਂ ਇਥੋਂ ਉੱਜੜ ਕੇ ਸਿੱਖ ਗਏ ਨੇ ਤੁਹਾਡੇ ਪਿੰਡੋਂ, ਤੇ ਉਦੋਂ ਤੁਸੀਂ ਕਿੱਡੇ ਕੁ ਸੋਲਾ? ਕਿੰਨੇ 10-12 ਸਾਲ ਤੇ ਜਦੋਂ ਫਿਰ ਲੜਾਈ ਹੋਈ ਹੈ। ਲੜਾਈ ਦੀ ਬਾਅਦ ਚ ਗੱਲ ਕਰਨੀ ਬਾਬਾ ਜੀ, ਮੈਨੂੰ ਦੱਸਿਆ ਗੱਲ ਸੁਣੋ ਨਾ, ਉਹ ਮੈਂ ਤੁਹਾਨੂੰ ਕਰਨਾ ਗੱਲ, ਉਹ ਵੀ ਥੋੜਾ ਕੁ ਵੇਖਣਾ ਉਹਨੂੰ ਜਿਹੜੇ ਤੁਹਾਡੇ ਪਿੰਡੋਂ, ਉਹਨੂੰ ਥੋੜਾ ਪਤਾ ਚੱਲ ਜਾਏ ਕਿ ਘਰ ਸਾਡੇ ਕਿਵੇਂ ਦੇ ਆ। ਮੈਨੂੰ ਦੱਸਿਆ ਭਲਾ ਸਿੱਖਾਂ ਦੇ ਘਰ ਕਿਵੇਂ ਦੇ ਹੁੰਦੇ ਆ ਉਹਨੂੰ? ਤੇ ਇੱਕ ਤਾਂ ਤੈਨੂੰ ਦੱਸਿਆ ਨੀ ਜਿਹੜਾ ਬਾਦਾ ਤੁਹਾਡਾ ਘਰ ਹੈ ਉਸ। ਅੱਛਾ। ਹੈਂ? ਤੇ ਇੱਕ ਇਹ ਪੜਾ ਸਾਰੇ ਸਨ, ਤੇ ਜਿੱਦੇ ਜਿੱਦੇ ਸਮਝਦੇ ਆ, ਤੇ ਜਿਹੜਾ ਉਹਨਾਂ ਦਾ ਅੱਗੇ ਖੂਹ ਸੀ, ਜਿਸੇ ਨੰਬਰਦਾਰ ਨੀ ਆਪਣਾ ਅਬਦੁੱਲ ਆਕਰ, ਉਹਦੇ ਅੱਗੇ ਖੂਹ ਹੈ, ਉਹ ਘਰ ਸਾਨੂੰ ਉਹਨਾਂ ਦੀ। ਬਜ਼ੁਰਗੋ, ਪਿੰਡ ਦੇ ਵਿੱਚ ਜਿਹੜੇ ਉਹਨਾਂ ਦੇ ਘਰ ਸਨ, ਉਹ ਕੱਚੇ ਸਨ ਕਿ ਪੱਕੇ? ਉਹਦੇ ਕੱਚੇ ਸਨ ਤੇ ਪੱਕੇ ਵੀ ਆਏ ਸਨ। ਪੱਕੇ ਵੀ ਆਏ ਸਨ? ਪੱਕੇ ਆਏ ਸਨ। ਬਾਬਾ ਜੀ, ਤੁਸੀਂ ਇਸੇ ਪਿੰਡ ਦੇ ਵਸਨੀਕ ਹੋ? ਹਾਂਜੀ। ਤੁਸੀਂ ਇੰਡੀਆ ਚ ਹੋਇਆ ਕਿ ਇੱਧਰ ਦੇ? ਇੱਧਰ ਦੇ। 47 ਤੋਂ ਪਹਿਲਾਂ ਇੱਥੇ ਹੁੰਦੇ ਤੁਸੀਂ? ਹਾਂ। ਤੁਹਾਡਾ ਨਾਂ ਕੀ ਭਲਾ? ਮੁਹੰਮਦ ਹਨੀਫ। ਤੁਹਾਡੇ ਅੱਬੇ ਜੀ ਦਾ ਕੀ ਨਾਂ ਸੀ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਤੇ ਦਾਦੇ ਦਾ? ਦਾਦੇ ਦਾ ਕਰੀਮ ਬਖਸ਼। ਕਰੀਮ। ਆਪਣੀ ਕਿਹੜੀ ਜਾਤ? ਆਪਣੀ ਹੰਦਰਾਵੇ। ਰੰਧਾਵੇ? ਹੰਦਰਾਵੇ। ਹੰਦਰਾਵੇ ਕਹਿੰਦੇ ਰੰਧਾਵੇ? ਇਹਨੇ ਹੰਦਰਾਵੇ। ਅੱਛਾ, ਹੰਦਰਾਵੇ ਹੋਰ ਹੁੰਦੇ ਨੇ, ਹੰਦਰਾ ਹੋਰ ਹੁੰਦੇ। ਅੱਛਾ ਅੱਛਾ, ਹੰਦਰਾਵੇ ਤੁਸੀਂ ਹੈ। ਅੱਛਾ, ਚਲ ਜਿੱਥੇ ਕੋਈ ਤੁਹਾਨੂੰ ਕੋਈ ਗੱਲ ਚ ਕੋਈ ਚੇਤੇ, ਤੁਸੀਂ ਵੀ ਨਾਲ ਕੋਈ ਆਸਰਾ ਰੱਖੀ ਰੱਖਿਆ ਜੀ? ਆਹੋ, ਠੀਕ ਹੈ ਨਾ। ਅੱਛਾ ਬਾਬੇ, ਤੁਹਾਨੂੰ ਪਿੰਡ ਦੇ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਗਏ ਨੇ, ਸਾਰਾ ਪਿੰਡ ਜੋ ਸਿੱਖਾਂ ਦਾ ਸੀ, ਤੁਹਾਨੂੰ ਨਾਂ ਜਿਹੜੇ ਜਿਹੜੇ ਚੇਤੇ ਨੇ ਦੱਸੋ ਨਾਂ ਸਿੱਖਾਂ ਦੇ? ਉਹ ਤੁਹਾਨੂੰ ਦੱਸਣ ਦਿਆ ਬਈ, ਹੋਰ ਵੀ ਦੱਸੋ ਨਾ ਬਈ, ਜਿਹੜਾ ਲਾਲ ਸਮੀ ਤੇ ਉਹਦੇ ਭਰਾ ਸੀ, ਤੇ ਉਹਨਾਂ ਦਾ ਉਹ ਡੇਰਾ ਸੀ ਚਾਲ ਜਾ ਕੇ ਜਿਹੜੇ ਡਾਰ ਲੜ ਕੇ ਆਏ। ਅੱਛਾ, ਉੱਥੇ ਡੇਰਾ ਸੀ? ਉੱਥੇ ਡੇਰਾ ਸੀ। ਅੱਛਾ, ਤੇ ਉੱਥੇ ਘਰ ਸਨ ਜੇ ਨਹੀਂ ਮੇਰੇ ਨਾਲ ਲੱਗੇ ਤੁਹਾਨੂੰ ਖਾ ਦੇਣ, ਉਹ ਸਾਨੂੰ ਘਰ ਵੀ ਬਾਅਦ ਚ ਫਾਇਆ ਜੀ।
ਆਪਣੇ ਪਿੰਡ ਦੇ ਵਿੱਚ ਖੂਹੀਆਂ ਕਿੱਥੇ ਕਿੱਥੇ ਹੁੰਦੀਆਂ ਹਾਂ? ਖੂਹੀਆਂ ਹਾਟ ਬਾਜ਼ਾਰ ਆ, ਇੱਥੇ ਵੀ ਖੂਹੀ ਸੀ। ਅੱਛਾ, ਲੱਗੀਆਂ ਸਮੀ ਆਪਾਂ 25-25 ਖੂਹੀ ਸੀ ਲੱਗੀਆਂ ਸਮੀ 25-25। ਹਾਂ, ਮਾਛੀ ਦਾ ਪਤਾ ਕੀ ਨਾਂ ਸੀ? ਪੀਰਾ। ਮੁਸਲਮਾਨ ਸੀ? ਹਾਂ। ਅੱਛਾ, ਉਹ ਦਿੰਦਾ ਸੀ ਪੀਰਾ ਮਾਛੀ? ਅੱਛਾ, ਮੈਨੂੰ ਕਿਹੜਾ ਭੁਲਿਆ ਨਾਲ ਮਸੀਦ ਦਾ ਘਰ ਸੀ। ਅੱਛਾ ਬਾਬਾ ਜੀ, ਹਾਂਜੀ, ਗੁਰਦੁਆਰਾ ਕਿੱਥੇ ਕਰਕੇ ਸੀ ਇਹਨਾਂ ਦਾ? ਗੁਰਦੁਆਰਾ ਖੂਹੀ ਹੁੰਦੀ ਸੀ। ਅੱਛਾ, ਉਹ ਪਾਣੀ ਗੁਰਦੁਆਰੇ ਨੂੰ ਦਿੰਦੀ ਸੀ, ਮਸੀਦ ਨੂੰ ਦਿੰਦੀ ਸੀ। ਅੱਛਾ, ਪਾਠਸ਼ਾਹ ਲੱਗਾ ਤੇ ਲੋਕੀ ਉਹ ਵੀ ਨਾਲੇ ਹਨ, ਇਹ ਵੀ ਨਾਲੇ ਹਨ, ਮੁੰਡੇ ਛੁੰਡੇ ਬਾਦਤ ਹੁੰਦੀ ਸੀ। ਉਹ ਪਾਣੀ ਮਸੀਦ ਉਧਰ ਵੀ ਗਈ ਸੀ, ਪਾਠਸ਼ਾਹ ਲੱਗਾ ਸੀ, ਅੱਗੇ ਟੂਟੀਆਂ ਲੱਗੀਆਂ ਹਨ ਤੇ ਉਧਰ ਪਾਠਸ਼ਾਹ ਲੋਹੇ ਦਾ ਸੀ। ਉਹ ਚੀਨਾ ਗੇੜ ਕੇ ਤੇਰੇ ਵੇਲੇ ਮੁੰਡਾ ਏਡਾ ਸਾਰਾ, ਉਹਨੇ ਪੁਜਾਰੀ ਉਹ ਭਰੀਆਂ ਜਾਣੀਆਂ ਤੇ ਉਹਨੇ ਆਖਿਆ ਬਸ ਕਰੋ ਬਈ। ਤੇ ਜੇ ਇੱਥੇ ਸਾ ਮਾਤਾ ਰਾਣੀ ਸੀ ਤੇ ਇੱਥੇ ਵੀ ਖੂਹ ਸੀ, ਗੁਸਲਖਾਨੇ ਬਣੇ ਹਨ ਨਹਾਉਣ ਵਾਲੇ ਤੇ ਬੂਹਾ ਢੋ ਲੈਣਾ, ਬੀਬੀਆਂ ਨਹਾਉਣ, ਬੱਚੇ ਨਹਾਉਣ, ਬੰਦਾ ਨਹਾਵੇ, ਬੂਹਾ ਬੰਦ ਕਰ ਦੇਣਾ ਹੈ। ਤੇ ਇੱਕ ਕਮਰਾ ਜੀ ਖੂਹੀ ਸੀ, ਇਹ ਠਾਕਰ ਦੀ, ਠਾਕਰ ਹਿੰਦੂ ਹੋਣਾ ਬਾਹਮਣ ਹੈ ਨਾ, ਠਾਕਰ ਦੀ, ਉਹ ਠਾਕਰ ਦੀ ਖੂਹੀ ਸੀ। ਉੱਥੇ ਵੀ ਲੋਕੀ ਜਾ ਕੇ ਨਹਾਉਂਦੇ। ਅੱਛਾ ਅੱਛਾ, ਤੇ ਪਾਣੀ ਵੀ ਪੀਂਦੇ? ਪਾਣੀ ਬੜਾ ਠੰਡਾ, ਤੇ ਪਾਣੀ ਠੰਡਾ ਸੀ, ਟੂਟੀਆਂ ਲੱਗੀਆਂ ਹੁਣ ਮਿੱਟਾ ਖੂਹੀ ਲਵਾਈ ਸੀ ਉਹਨੇ, ਬਿਲਕੁਲ ਹੈ ਠਾਕਰ ਸੀ ਹੈ। ਤੇ ਲੋਕੀ ਨਹਾਉਂਦੇ ਹਨ, ਕਬਰਾਂ 'ਚ ਜਾਂਦੇ ਹਨ ਤਾਂ ਵੀ ਮੂੰਹ ਹੱਥ ਧੋਂਦੇ ਹਨ ਤੇ ਦਫਨਾਉਂਦੇ ਹਨ। ਪਿੰਡ ਦੇ ਵਿੱਚ ਕੋਈ ਤਕੀਆ ਸ਼ਕੀਆ ਆਇਆ ਸੀ? ਤਕੀਆ ਗਏ, ਤਕੀਆ ਹੈਗਾ ਸੀ ਜਿੱਥੇ ਡੇਰੇ ਦੇ ਵਿੱਚ ਬਹਿੰਦੇ ਸਨ, ਜਿੱਥੇ ਬਾਬੇ ਬਹਿੰਦੇ ਇਕੱਠੇ, ਤਕੀਆ ਉੱਥੇ ਸੀ। ਉੱਥੇ ਤੁਹਾਨੂੰ ਨਾ ਚਲੋਗੇ ਤੇ ਤੁਹਾਨੂੰ ਬਾਬਾ ਜੀ ਉੱਥੇ ਵੀ ਜਾਂਦੇ ਆ ਬਾਅਦ 'ਚ ਵੀਡੀਓ ਬਣਾ। ਕਿਹੜੀ ਸੀ ਥੋੜਾ ਕੁ ਦੱਸੋ? ਜਗ੍ਹਾ ਆਇਆ ਸੀ ਆ ਜਿਹੜਾ ਬਾਜ਼ਾਰ ਇਹ ਮਲਕਾਂ ਦੀ ਦੁਕਾਨ, ਮਲਕਾਂ ਦੀ ਦੁਕਾਨ, ਮਲਕਾਂ ਦੀ ਤੇਲੀਆਂ ਜੀ ਉੱਥੇ। ਉਹ ਦੇ ਉੱਤੇ ਵੱਡਾ ਸਾਡਾ ਮੇਜ ਲੱਗਾ ਸੀ, ਮੇਜ ਲੱਗਾ ਸੀ ਤੇ ਨਾਲ ਅੱਗੇ ਜਿਹੇ ਪਾਵੇ ਹੁੰਦੇ ਹਨ ਲੱਗਿਆ ਸਮੀ ਤੇ 10-50 ਬੰਦੇ ਬਣ ਗਏ ਹਨ ਉਹਦੇ 'ਚ। ਤੇ ਜਦੋਂ ਉਹਨਾਂ ਬਣਾ ਉਹਦੇ ਸਖਤ ਜੀ ਬਣਾਇਆ, ਇਕੱਠੇ ਬੈਠੇ ਵਡੇਰੇ ਬਹਿੰਦੇ, ਇਕੱਠੇ ਬਹਿੰਦੇ ਹਨ, ਗੱਲਬਾਤ ਕਰਨੀ ਹੋਵੇ ਤੇ ਇਕੱਠੇ ਬਹਿੰਦੇ ਹਨ ਤੇ ਇਸ ਤਰੀਕੇ ਜਿਹੜੇ ਤੇ ਜੇ ਖੱਤਰੀ ਹਨ ਤੇ ਇਹਨਾਂ ਆਪਣੇ ਵੱਖਰੇ ਬਹਿੰਦੇ, ਇਹਨਾਂ ਵੱਖਰੇ ਬਣਾਇਆ ਤੇ ਉਹ ਜਿੱਥੇ ਆਪਣੇ ਨੱਡੇ ਨਹੀਂ ਹੁੰਦੇ ਹਨ, ਨੱਡੇ ਉਹ ਵੀ ਯਾਰ ਮੈਨੂੰ ਖਿਆਲ ਨਹੀਂ ਆਉਂਦਾ ਥਾਂ ਬਾਜੇ ਚਲਾ ਉਹ ਬਾਜੇ ਚਲਾ ਜਿੱਥੇ ਬੋਰਡ ਲੱਗੀ ਉਹ ਹੀ ਉੱਥੇ ਬਾਜੇ ਕਰਦੇ। ਅੱਛਾ, ਤੇ ਜਿਹੜੇ ਆਪਣਾ ਗੁਰਦੁਆਰਾ ਜੀ ਗੁਰਦੁਆਰਾ ਪੜਿਆ ਸੀ ਬਾਬਾ ਜੀ, ਆਪਣੇ ਪਿੰਡ 'ਚ ਕੋਈ ਖੱਤਰੀ ਵੀ ਰਹਿੰਦੇ ਹੁੰਦੇ? ਖੱਤਰੀ ਆ ਸਾਰਾ ਖੱਤਰੀਆਂ ਦੇ ਘਰ ਹਨ। ਅਜੇ ਖੱਤਰੀ ਆਇਆ ਸਾਨੂੰ ਹਿੰਦੂ ਖੱਤਰੀ ਉਹਨੇ ਦੁਕਾਨਾਂ ਆਇਆ ਸਾ, ਦੁਕਾਨਾਂ ਪਤਾ ਕਿੱਥੇ ਕਰਕੇ ਸਨ? ਉਹ ਵਿਚਲੇ ਪਿੰਡ ਦੇ ਵਿੱਚ।
ਕਿਹੜਾ ਖੱਤਰੀ? ਖੱਤਰੀ ਦਾ ਨਾਂ ਚੇਤਾ ਕਿਸੇ ਦਾ? ਉਹਨਾਂ ਦਾ ਨਾਂ ਨੀ ਮੈਂ ਵੈਸੇ ਮੈਂ ਤੇ ਉਹ ਖਾ ਮੋਟੀਆਂ ਹੀ ਖਾਸ ਗੱਲਾਂ ਕਰ ਰਹੀਆਂ ਜੇ ਹੁਣ ਇਹਨਾਂ ਦੇ ਪਿਓ ਜੋ ਵੀ ਫੌਜ ਹੋ ਗਏ ਨੇ ਉਹ ਸਭ ਕੁਝ ਜਾਣਦੇ ਆ ਜਾਣਾ ਫੱਕਾ ਲਿਆਉਣਾ ਉਹ ਵੀ ਉਹਨਾਂ ਦੇ ਘਰਾਂ ਜਾ ਕੇ ਦੇਣਾ ਤੋੜ ਕੇ ਵੀ ਦੇਣਾ। ਦੁਕਾਨਾਂ ਕਾਹਦੀਆਂ ਸੀ ਉਹਨਾਂ ਦੀਆਂ? ਦੁਕਾਨਾਂ ਇਹ ਖਾਣ ਪੀਣ ਵਾਲੀਆਂ ਇੱਕ ਵੱਡੀ ਦੁਕਾਨ ਸੀ ਖੱਤਰੀਆਂ ਦੀ ਜੋ ਪਿੰਡ ਦਾ ਸੌਦਾ ਬਾਜ਼ਾਰ ਦਾ ਹੋਵੇ ਇੱਥੋਂ ਮਿਲ ਜਾਂਦਾ ਸੀ। ਅੱਛਾ ਕੱਪੜਾ ਵੱਡੀ ਦੁਕਾਨ ਸੀ? ਸਮਾਨ ਲੈਣਾ ਘਿਓ ਲੈਣਾ ਕੁਝ ਲੈਣਾ ਜਾਂ ਗਰੀ ਲੈਣੀ ਬਦਾਮ ਲੈਣੇ ਹਰ ਚੀਜ਼ ਉੱਥੋਂ ਲੱਭਦੀ ਇਸ ਬਾਅਦ ਵਿੱਚ ਆ ਕਰਦੀ ਹੈ ਮਾਤਾ ਰਾਣੀ। ਇਹਨਾਂ ਦੀ ਮੜੀਆਂ ਕਿੱਥੇ ਹਿੱਸੇ ਵੀ ਹੈ? ਮਾਤਾ ਰਾਣੀ ਇੱਥੇ ਨਾਲ ਤੁਹਾਨੂੰ ਹੁਣ ਵੀ ਵਿਖਾ ਦੇਣਾ ਆਪੇ ਮੜੀਆਂ ਹਰਿਆਣੇ ਤੇ ਵੀ ਸਨ ਨਾ ਉੱਥੇ ਮੜੀਆਂ ਹਨ ਜਿਵੇਂ ਜਿਵੇਂ ਮੰਨਦੇ ਹਨ ਤੇ ਕੁਝ ਹੈਗੇ ਹਨ ਆਪਣਾ ਤੁਹਾਡੇ ਪਿੰਡ ਜਿਹੜੇ ਸਿੱਖ ਰਹਿੰਦੇ ਸਨ ਕਿਉਂਕਿ ਪਿੰਡ ਹੀ ਸਿੱਖਾਂ ਦਾ ਸੀ ਸੰਦਾਲੇ ਤੋਂ ਪਹਿਲਾਂ ਤੇ ਉਹ ਤੁਹਾਨੂੰ ਉਹਨਾਂ ਜਾਤਾਂ ਦਾ ਪਤਾ ਕਿਹੜੇ ਜਾਤ ਦੇ ਹਨ? ਜਾਤਾਂ ਨੂੰ ਤਾਂ ਹੋ ਅਸੀਂ ਦੱਸਿਆ ਵੱਡਾ ਹਾਂ ਬੜਾ ਸਾਰੇ ਨਹੀਂ ਕਰ ਗਏ ਤੇ ਤੈਨੂੰ ਇੰਨੀਆਂ ਗੱਲਾਂ ਦੱਸਣ ਆਹ ਤੇ ਉੱਧਰ ਜਾਣਾ ਹੁੰਦਾ ਸੀ ਜਿੱਧਰ ਸਾਡਾ ਮਾਂ ਪਿਓ ਜਾਂਦਾ ਹੈ ਮਾਂ ਪਿਓ ਜਾਂਦਾ ਸੀ ਵਿਰਕ ਜ਼ਿਆਦਾ ਹਾਂ ਤੁਹਾਡੇ ਪਿੰਡ 'ਚ? ਹਾਂ ਵਿਰਕ ਜ਼ਿਆਦਾ ਆ ਵਿਰਕ ਆਸ ਪਾਸੇ ਸਾਰਾ ਵਿਰਕ ਵਾਲਾ ਖਾਂ ਹੈ। ਅੱਛਾ ਤੇ ਜਿਹੜਾ ਜਿੱਥੇ ਉਹਨੇ ਬਾਬੇ ਹੁੰਦੇ ਨੇ ਇਹ ਆਪਣਾ ਇਹਨਾਂ ਦਾ ਖਾਈ ਆਪਣਾ ਖਾਤਾ ਸੀ ਉਹਨਾਂ ਦਾ ਉਹ ਘਰ ਸੀ ਜਿੱਥੇ ਕਸ਼ਮੀਰੀ ਨਹੀਂ ਹੁੰਦਾ ਉਹ ਘਰ ਸੀ ਇੱਕ ਇੱਥੇ ਸੀ ਵੱਡੀ ਬੈਠਕ ਤੇ ਜਿੱਥੇ ਮਲਕ ਨਹੀਂ ਹੁੰਦੇ ਇਹ ਉਹਨਾਂ ਦੀ ਇਹ ਵੀ ਭੇਜੀ ਜਿੱਥੇ ਮਲਕ ਆਪਣਾ ਹੀ। ਅੱਛਾ ਤੁਹਾਡਾ ਕੋਈ ਗੁਆਂਢੀ ਤੁਹਾਡੇ ਮਹੱਲੇ 'ਚ ਨਹੀਂ ਕੁਛ ਕੰਮ ਕਰਕੇ ਗੁਆਂਢੀ ਗੁਆਂਢੀ ਹੈਗੇ ਹੁਣ ਕਿਤੇ ਨਾਲ ਉਹਦੇ ਬਸ ਦੀ ਕੋਈ ਚੇਤਾ ਕੋਈ ਕਿਸੇ ਦਾ ਨਾਂ ਬੂੜ ਸਿੰਘ ਸੀ ਅੱਗੋਂ ਓਹਦੇ ਮੁੰਡੇ ਦੇ ਨਾਂ ਸਵਰਨ ਸਿੰਘ ਸੀ ਇੱਕ ਦੇ ਨਾਂ ਚੰਦ ਸਿੰਘ ਸੀ। ਤੁਸੀਂ ਪੈਲੀਆਂ ਉਹਨਾਂ ਦੀ ਬੰਦੇ? ਹਾਂਜੀ ਹਾਂ ਅਸੀਂ ਬਾਈ ਉਹਨਾਂ ਦੀ ਕਰਦੇ ਸਾਡੇ ਵੱਡੇ ਜੀ। ਇੱਕ ਜਵਾਨ ਇੱਥੇ ਸੀ ਦੂਜਾ ਜਦੋਂ ਅਜਾੜੇ ਪੈਣ ਉਦੋਂ ਬੱਚੇ ਸਨ ਛੋਟੇ ਸਨ ਸਿਰਫ ਇਕੱਲਾ ਹੀ ਸੀ ਬੋਰਡ ਜਦੋਂ ਫਿਰ ਚਲੇ ਗਏ ਤੁਹਾਡਾ ਰਾਬਤਾ ਨਹੀਂ ਉਹਨਾਂ ਕਿਤੇ ਜਾ ਉੱਥੇ ਜਾ ਕੇ ਰਾਬਤਾ ਕੀਤਾ ਬਾਅਦ ਵਿੱਚ ਬੜੇ ਚਿਰ ਪਿੱਛੋਂ। ਅੱਛਾ ਚਿੱਠੀ ਆਈ ਕੋਈ? ਚਿੱਠੀ ਆਈ। ਅੱਛਾ ਅੱਛਾ ਤੇ ਉਹ ਫਿਰ ਚਿੱਠੀ ਇੱਥੇ ਪੜ੍ਹੀ ਤਿੰਨ ਦਿਨ ਤੇ ਚਾਰ ਦਿਨ ਤੇ ਖੱਜਲ ਹੀ ਹੁੰਦੀ ਰਹੀ ਪੜ੍ਹਨੀ ਨਹੀਂ ਕਿਸੇ ਨੂੰ ਪੜ੍ਹਨੀ ਸੀ ਕਿਸੇ ਨੂੰ ਅਨਪੜ੍ਹ ਬਹੁਤ ਹੀ ਆਮ ਸੀ ਅਨਪੜ੍ਹ ਸੀ। ਅੱਛਾ ਅੱਛਾ ਉਹ ਫਿਰ ਜੇ ਪੜ੍ਹੀ ਤੇ ਉਹਨਾਂ ਫਿਰ ਖੈਰ ਮੈਂ ਸਾਨੂੰ ਪੁੱਛੀ। ਅੱਛਾ ਫਿਰ ਮੈਂ ਇੱਕ ਆਪ ਆਈ। ਅੱਛਾ
ਉਹਨਾਂ ਦੇ ਕੋਲ ਅਪੜ ਗਏ। ਉਹਦਾ ਜਵਾਬ ਆਇਆ ਫਿਰ? ਜਵਾਬ ਆਇਆ ਅੱਗੋਂ, ਫਿਰ ਉਹਨਾਂ ਆਖਿਆ ਜੀ ਸਾਨੂੰ ਆਪਣੇ ਨਾਂ ਦੱਸੋ ਤੇ ਅੱਗੋਂ ਜਿਹੜੇ ਸਾਡੇ ਮੁੰਡੇ ਨੇ ਉਹਨਾਂ ਦੇ ਵੀ ਨਾਂ ਤੁਸੀਂ ਪੁੱਛੋ। ਉਹਨਾਂ ਫਿਰ ਸਭ ਕੁਛ ਲਿਖ ਕੇ ਘਲਾਇਆ ਸੀ। ਅੱਛਾ ਅੱਛਾ ਅੱਛਾ, ਉਹਨਾਂ ਸਭ ਕੁਛ ਲਿਖ ਕੇ ਘਲਾਇਆ ਤੇ ਉਹ ਚਿੱਠੀ ਜਿਹੜੀ ਗਵਾਚ ਗਈ। ਉਹਨਾਂ ਆਖਿਆ ਤੁਸੀਂ ਅਜੇ ਤੀਕਰ ਫੋਨ ਨਹੀਂ ਕਰ ਲਵਾ ਸਕੇ। ਉਹਨਾਂ ਦੀ ਹੁਣ ਇਸ ਵਕਤ ਚ ਉਹਨਾਂ ਦੀ ਕਿੱਲੇ ਚ ਹਵੇਲੀ ਮਾਲ ਦੀ ਤੇ ਜ਼ਮੀਨ ਜਿਹੜੀ। ਕਿੰਨੀ ਕੁ ਦੇਰ ਤੱਕ ਰਾਬਤਾ ਰਿਹਾ ਫਿਰ? ਹਜੇ ਵੀ ਹੈ ਕਿ ਨਹੀਂ ਰਾਬਤਾ ਹੁਣ? ਨਹੀਂ ਹੁਣ ਕੋਲ, ਹੁਣ ਕੋਲ। ਅੱਛਾ ਅੱਛਾ, ਹਾਂ ਪਹਿਲਾਂ ਹੀ ਸੀ। ਅੱਛਾ, ਉਹ ਕਿੰਨੀ ਕੁ ਦੇਰ ਖਾਤਾ ਖੁਲਾਉਣਾ ਸਿਸਟਮ ਰਿਹਾ ਉਹ? ਕੋਈ ਪਾਕਿਸਤਾਨ ਬਣਨ ਤੋਂ 15-20 ਸਾਲ ਤੱਕ ਬਾਅਦ? ਬਾਅਦ ਬਾਅਦ ਨਹੀਂ, ਅੱਜ ਜਦੋਂ ਇੱਥੇ ਰੌਲੇ ਪਾ ਰਹੇ ਜੀ ਜੰਗ ਲੱਗਣੀ ਹੈ, ਬਾਰਡਰਾਂ ਦੇ ਫੌਜ ਤੁਰ ਗਈ ਹੈ ਪਿੱਛੇ ਜੇ, ਉਦੋਂ ਉਦੋਂ ਦੀ ਗੱਲ ਹੈ। ਅੱਛਾ ਅੱਛਾ, ਬਾਅਦ ਨਹੀਂ ਰਾਬਤਾ ਹੋ ਸਕਿਆ? ਨਹੀਂ। ਤੁਸੀਂ ਚਾਹੁੰਦੇ ਵੀ ਫੋਨ ਹੀ ਸਾਡੇ ਕੋਲ? ਗੱਲ ਸੁਣੋ ਨਾ, ਤੁਸੀਂ ਚਾਹੁੰਦੇ ਵੀ ਉਹਨਾਂ ਰਾਬਤਾ ਤੁਹਾਡਾ ਦਿਲ ਚ ਕੋਈ ਮੰਨਾ ਜੀ ਆਇਆ ਕਿ ਫਿਰ ਰਾਬਤਾ? ਹਾਂ ਵੀ ਰਾਬਤਾ ਕਰੀਏ ਤੇ ਸਗੋਂ ਚੰਗਾ ਹੀ ਹੈ। ਚੰਗਾ ਹੀ ਹੈ, ਅਸੀਂ ਤੇ ਆਨੇ ਆ ਵੀ ਸਾਡਾ ਰਾਬਤਾ ਕਿਰੇ ਹੋਵੇ। ਅੱਛਾ, ਤੁਹਾਡਾ ਨੰਬਰ ਹੈ? ਨੰਬਰ ਤੇ ਹੈ ਮੁੰਡੇ ਦਾ ਹੈ। ਚਲੋ ਨੰਬਰ ਤੁਸੀਂ ਦੇ ਦਿਆ ਇੱਥੇ ਤੁਹਾਡਾ, ਵੀ ਨੰਬਰ ਦਾ ਤੁਹਾਡਾ ਰਾਬਤਾ ਹੋ ਜਾਏਗਾ, ਕਰ ਦਿਓ ਹੋ ਜਾਏਗਾ। ਇੱਥੇ ਅੱਗੇ ਆਈ ਹੈ ਵੀਡੀਓ, ਉਹਨਾਂ ਪੁੱਛਿਆ ਜੀ ਬੂਟਾ ਸਿੰਘ ਦਾ ਵਾੜਾ ਕਿੱਥੇ ਆ? ਉਹ ਵਿਖਾ ਦਿਓ ਜੀ। ਕੱਲੀ ਵਾਲੇ ਆਈ ਸੀ ਵੀਡੀਓ, ਅਸੀਂ ਆਖਿਆ, ਉਹਨੇ ਆਖਿਆ ਵੀ ਬੂਟਾ ਸਿੰਘ ਦਾ ਵਾੜਾ ਵੀ ਸਾਡੇ ਕੋਲ ਹੈ। ਉਹਨੇ ਆਖਿਆ ਜੀ ਮਦਾਰ ਦੇ ਜੀ ਜਿੰਨੇ ਵੀ ਹੈ ਨਾ ਇੱਕ ਥਾਂ ਤੇ ਬੈਠੇ, ਸਿਰਫ ਇੱਕ ਸ਼ਕੱਲੀ ਵਾਲੇ ਦਾ ਘਰ ਜਿਹੜਾ ਹੈ ਨਾ ਉਹ ਇੱਕ ਉੱਥੇ ਕੱਲਾ ਹੀ ਬੈਠੇ, ਕੱਲਾ ਹੀ ਉਹਦੇ ਵਿੱਚ ਸ਼ਕੱਲੀ ਵਾਲੇ ਦੇ ਜੀ। ਅੱਛਾ ਬਾਬਾ ਜੀ, ਹੁਣ ਤੁਹਾਨੂੰ ਜਾਣ ਰੱਖ ਕੇ ਤੁਸੀਂ ਵਿੱਚ ਗੱਲ ਸੁਣਾਇਆ ਜੀ ਨਾ ਕਿ ਇੱਥੇ ਜਿਹੜੇ ਤੁਹਾਡੇ ਸਿੱਖ ਸਰਦਾਰ ਰਹਿੰਦੇ ਹਨ ਉਹਨਾਂ ਦੀ ਪੈਲੀਆਂ ਹਜੇ ਵੀ ਖੂਹਾਂ ਦੇ ਨਾਂ ਹੋਣਗੇ ਨਾਲ ਵਾਲੇ ਪਿੰਡਾਂ ਦੇ ਨਾਂ ਹੈਗੇ ਜੀ? ਦੱਸੋ ਕਿਹੜੇ ਕਿਹੜੇ ਖੂਹ ਨੇ? ਖੂਹ ਇੱਕ ਤਾਂ ਜੇ ਇੱਥੇ ਆ ਸਾਹਮਣੇ ਬਾਬਿਆਂ ਦਾ, ਉਹਨਾਂ ਦਾ ਸਵਰਨ ਸਿੰਘ, ਆ ਬਾਬਾ ਸਵਰਨ ਸਿੰਘ ਕਾ ਹੀ ਆ, ਉਹਨਾਂ ਦਾ ਸਵਰਨੀ ਸੀ ਉਹਦੇ ਨਾਂ। ਅੱਛਾ, ਉਹਨਾਂ ਦਾ ਤੇ ਦੂਜਾ ਉਹਦਾ ਪੁੱਤ ਅੱਗੋਂ ਮੁੰਡਾ ਆਇਆ ਸੀ ਇੱਥੇ ਬੜਾ ਜਵਾਨ ਸੀ। ਅੱਛਾ, ਉਹਨੇ ਆਖਿਆ ਜੀ ਸਾਡਾ ਖੂਹ ਆ ਜਿਹੜਾ ਹੈ ਨਾ ਪਾਰ ਇਹ ਸਾਡਾ ਹੈ। ਅੱਛਾ ਅੱਛਾ, ਅਸੀਂ ਆਖਿਆ ਵੀ ਵਾਕਈ ਤੁਹਾਡਾ ਉਹਨਾਂ ਦੇ ਖੂਹ? ਹਾਂ, ਉਹ ਜੀ ਇਹ ਫਿਰ ਗੱਲ ਜਿਹੜੀ ਹੈ ਨਾ ਇਹ ਆਪਣਾ ਹੁਣ ਅਸੀਂ ਉਦੋਂ ਪਿੱਛੇ ਦੇ ਜਾਮਾ ਸਾਡੇ ਵੱਡੇ ਹੀ ਦੱਸਦੇ ਸਨ। ਹਾਂ ਜੀ, ਹਾਂ ਤੇ ਉਹਨਾਂ ਦੇ ਨਾਲ ਰਾਬਤਾ ਸਾਡਾ ਹੋ ਜਾਏ ਤੇ ਕਿਆ ਗੱਲ ਹੈ। ਖੂਹ ਹੁਣ ਜਗ੍ਹਾ ਹੋਰ ਖੂਹ ਦੱਸੋ, ਹੋਰ ਨਾਂ ਹਜੇ ਵੀ ਮਸ਼ਹੂਰ ਹੋਣਗੇ ਖੂਹ? ਖੂਹ ਤੇ ਬੜੇ ਹੈ ਬਾਬਾ ਜੀ, ਖੂਹ ਜੀ ਉਹ ਤੁਹਾਨੂੰ ਵਿਖਾ ਦੇਣੇ ਸਾਡੇ ਨਾਲ ਲੈ ਕੇ ਚੱਲੋ, ਤੁਹਾਨੂੰ ਨਾਮ ਦੱਸ ਦਿੰਦਾ ਹਜੇ ਵੀ ਬਜ਼ੁਰਗੋ ਉੱਥੇ ਵੀ ਜਾਂਦੇ ਆ ਤੁਹਾਡੇ ਬਾਈ ਕਰਦੇ ਜਾਂਦੇ ਹੋ ਅਜੇ ਵੀ ਤੁਹਾਡੇ ਨਾਂ ਲਵੋ ਤੁਹਾਡੇ ਪਿਓਾਂ ਦੇ ਪਿਓ ਜਿਹੜਾ ਸੀ ਉਹਦੇ ਨਾਲ ਸਰਦਾਰਾ ਸੀ ਤੇ ਸਾਰਾ ਸਿੱਖ ਜਾਣਦੇ ਹਾਂ ਜੀ। ਉਧਰ ਕਰਾਂ ਕਹਿ ਰਹੇ ਜਿਹੜੇ ਖੂਹ ਨੇ ਉਹਨਾਂ ਖੂਹਾਂ ਦੇ ਨਾਂ ਦੱਸੋ ਜਿਹਦੇ ਤੁਹਾਨੂੰ ਖੂਹ ਦਾ ਨਾਂ ਯਾਦ ਨੇ। ਦੋ ਮਰਬੇ ਦੋ ਪਾੜੀਆਂ ਛੱਡੀਆਂ ਹਨ ਮਾਤਾ ਰਾਣੀ ਦੇ ਨਾਲ। ਅੱਛਾ, ਮਾਤਾ ਰਾਣੀ ਦੇ ਨਾਲ ਛੱਡੀਆਂ। ਅੱਛਾ, ਤੁਸੀਂ ਅੱਗੇ ਗੱਲ ਕਰਦੇ ਪਏ ਸੀ ਬਗੈਰ ਕੈਮਰਾ ਰਿਕਾਰਡਿੰਗ ਹਜੇ ਨਹੀਂ ਸੀ ਕਰਨੀ ਸ਼ੁਰੂ ਹਾਂ ਕੀਤੀ, ਤੁਸੀਂ ਗੱਲ ਕਰਦੇ ਪਏ ਕਿ ਇੱਥੇ ਕੋਈ ਹਿੰਦੂਆਂ ਦੀ ਪਈ ਗੱਲ ਕੀਤੀ ਜਾਂ ਸਿੱਖਾਂ ਦੀ ਕਿਉਂ ਇੱਟਾਂ ਸਟਾਂਡ ਡੇ ਸਨ ਮਕਾਨ ਬਣਾਉਂਦੇ ਪਏ ਸਨ ਤੇ ਜਾੜਾ ਹੋ ਗਿਆ, ਕਿਹਨਾਂ ਦੀ ਗੱਲ ਕਰਦੇ ਪਏ? ਉਹ ਕਿਹਨਾਂ ਦੀ ਗੱਲ ਅੱਗੇ ਸੁਣਾ ਰਹੇ? ਉਹ ਪਿਪਲੀ ਵਾਲਿਆਂ ਦੇ ਅੱਗੇ ਜੀ, ਪਿਪਲੀ ਵਾਲੇ। ਬਾਬਾ ਜੀ ਉਹਨਾਂ ਦਾ ਕੋਈ ਨਾਂ ਦੱਸੋ ਕਿ ਤੁਸੀਂ ਨਾਂ ਦੱਸਣ ਡੇ ਸਕੋ ਜੀ? ਨਾਂ ਉਹ ਸਿੱਖ ਸਨ ਹਿੰਦੂ ਸਨ ਕੌਣ ਸਨ? ਸਿੱਖ ਸਨ ਉਹ। ਅੱਛਾ, ਉਹ ਸਿੱਖ ਸਨ। ਅੱਛਾ ਅੱਛਾ, ਮਕਾਨ ਬਣਾਉਣ ਡੇ ਸਨ? ਮਕਾਨ ਹਾਂ, ਬਾਜ਼ਾਰ ਦੇ ਸਾਹਮਣੇ ਨਾਲ। ਅੱਛਾ ਅੱਛਾ ਬਾਬਾ ਜੀ, ਹਾਂਜੀ, ਥੋੜਾ ਕੋ ਪਿਆਰ ਮੁਹੱਬਤ ਦੱਸੋ ਕਿ ਮੁਸਲਮਾਨਾਂ ਦਾ
ਦਾ ਤੇ ਸਿੱਖਾਂ ਦਾ ਤੇ ਜਿਹੜੇ ਹਿੰਦੂ ਜਿੰਨੇ ਵੀ ਇੱਥੇ ਮਜ਼ਹਬ ਰਹਿੰਦੇ ਹੋ ਤੁਸੀਂ ਵੀ ਹੋ ਗਏ ਮੁਸਲਮਾਨ ਹੋ ਗਏ ਪਿਆਰ ਪਿਆਰ ਮੁਹੱਬਤ ਕਿਵੇਂ ਦਾ ਸੀ ਆਪਸ ਦਾ ਪਿਆਰ ਮੁਹੱਬਤ ਇਹਦਾ ਸੀ ਹਾਂਜੀ ਵੀ ਜਿਹੜੇ ਅੱਜ ਗਿਆ ਕਿ ਮੈਂ ਸ਼ਾਦੀ ਜਾਂ ਮੈਂ ਬੱਚੀ ਦੀ ਵੀ ਸ਼ਾਦੀ ਜਾਂ ਪਿਓ ਬੱਚੇ ਦੀ ਸ਼ਾਦੀ ਅੱਛਾ ਤੇ ਜਿੱਧਰ ਗਿਆ ਕਦੀ ਉਹਨੇ ਆਖਿਆ ਵੀ ਹੁਣ ਜੇ ਮੇਰੇ ਵੱਲ ਆਪ ਤੇ ਆਉਣਾ ਨਹੀਂ ਸੀ ਤੇ ਜੇ ਆ ਗਿਆ ਤੇ ਦੂਜੇ ਘਰ ਨਹੀਂ ਹੋ ਜਾਣਾ ਫਿਰ ਜਦੋਂ ਸੱਚੇ ਸ਼ਬਦ ਗਏ ਨੇ ਤੇ ਉੱਥੇ ਫਿਰ ਹੁਣ ਦਾਣਾ ਖਾਣਾ ਇੱਥੋਂ ਬੰਦੇ ਸਾਡੇ ਭੈਣ ਭਰਾ ਜਿਹੜੇ ਪਿਓ ਉਹਦਾ ਖਰਾਸ਼ ਖਰਾਸ ਹੁੰਦਾ ਸੀ ਤੁਹਾਡੇ ਖਰਾਸ ਹੁੰਦਾ ਸੀ ਤੇ ਖਰਾਸਾਂ ਦੇ ਦਾਣੇ ਪੀ ਕੇ ਤੇ ਘੋੜੀਆਂ ਦੇ ਲੱਜ ਕੇ ਛੱਡਾਂ 'ਚ ਪਾ ਕੇ ਤੇ ਉੱਥੇ ਜਾ ਖਰਾਸ ਕਿਹਦਾ ਸੀ ਭਲਾ ਮੁਸਲਮਾਨ ਦਾ ਸਿੱਖ ਦਾ ਸਿੱਖਾਂ ਦੇ ਹਾਂ ਕਿ ਸਿੱਖਾਂ ਦੇ ਹਾਂ ਖਰਾਸ ਵੀ ਵਾਹ ਸਿੱਖਾਂ ਨਹੀਂ ਸਨ ਉਹ ਸਿੱਖ ਪਿੰਡ ਦੇ ਨਾਈ ਨੂੰ ਨਹੀਂ ਸਮਝਦੇ ਹੁਣ ਤੇ ਮਾਮਾ ਨੇ ਨਾ ਆਸ ਨਾਈ ਨੂੰ ਨਾਈ ਆ ਨਹੀਂ ਪਤਾ ਸਾਨੂੰ ਐਵੇਂ ਗੱਡੀ ਜਿਹੜੀ ਗੱਲ ਤੁਸੀਂ ਵਾਲ ਕਿੱਥੋਂ ਕਟਾਉਂਦੇ ਹੁੰਦੇ ਛੋਟੇ ਹੁੰਦੇ ਹਾਂ ਸਾਡਾ ਆਪਣਾ ਨਾਈ ਸੋਹਣਾ ਉਹਦੇ ਨਾਂ ਸੀ ਮੈਂ ਬਾਬੇ ਉਹ ਮੈਂ ਫਿਰ ਪੁੱਛਣਾ ਤੁਹਾਨੂੰ ਕਲਚਰ ਦੱਸੋ ਕਿ ਤੁਸੀਂ ਉਹਦੇ ਵਾਲ ਕਿਵੇਂ ਕਟਾਉਂਦੇ ਹੋ ਮਾਮਾ ਦੀ ਹੁੰਦੀਆਂ ਹਾਂ ਕਿ ਤੁਹਾਡੇ ਮਗਰ ਨਾਈ ਹੁੰਦੇ ਆ ਆਪਣੇ ਬਚਪਨ ਦੀ ਗੱਲਾਂ ਸੁਣਾਓ ਮਾਮੂ ਜਿਹੜੇ ਨੇ ਹੋਰ ਹੀ ਬਣੇ ਨੇ ਅੱਗੇ ਜਾ ਘਰ ਹੀ ਆਉਣਾ ਦਾੜੀ ਦੁੜੀ ਮਨਾਣੀ ਜਾਂ ਕਿਤੇ ਵਿਆਹ ਢੰਗ ਜਾਣਾ ਕਿਸੇ ਭਾਈ ਭਰਾਵਾਂ ਤੇ ਉਹਦੇ ਘਰ ਲੈ ਗਿਆ ਜਾਣਾ ਮੈਂ ਖੜ ਕਹਿੰਦੇ ਨਾਈ ਮਗਰ ਵੀ ਚਲੇ ਜਾਂਦੇ ਆ ਪੈਲੀਆਂ 'ਚ ਵੀ ਹਾਂ ਜਾਂਦੇ ਹਨ ਨਾਲੇ ਉਹਨਾਂ ਨੇ ਜਿਹੜੇ ਨੇ ਉਹ ਬਾਈ ਮੈਂ ਤਾਂ ਨਾਲੇ ਪੱਠੇ ਲਿਆਉਣੇ ਤੇ ਉਹਨਾਂ ਦੇ ਸ਼ੇਪ ਕਰਦੇ ਕਰਦੇ ਧੌਂਦ ਰੱਖਦੇ ਆ ਉਤਰਾ ਵਿਆਹ ਦੱਸ ਪੱਠੇ ਦੇਣੇ ਕਿ ਨਹੀਂ ਉਹ ਨਹੀਂ ਬਾਬਾ ਉਹ ਨਹੀਂ ਕੀ ਉਹ ਜਦ ਵੇਖੇ ਨਾ ਬੰਡਾਲੇ ਉਹਨਾਂ ਮਗਰ ਜਾਣਾ ਲੱਗਿਆ ਸਮੀ ਜੇ ਜਾਣਾ ਜਾਂ ਲੋਹਾਰ ਜਾਂ ਦੰਦੇ ਕੱਢ ਕੇ ਆਉਣਾ ਤੇ ਉਸ ਪੰਜ ਕਣਕ ਨਹੀਂ ਪਾਖ ਲਿਆਉਣੀ ਨਾਲੇ ਸ਼ੇਪ ਸ਼ੂਪ ਕਰ ਰਹੇ ਨੇ ਨਾਲੇ ਆਉਂਦੇ ਆ ਪੱਠੇ ਲੈ ਆਉਂਦੇ ਆ ਅਰੇ ਨਾਲੇ ਪਰ ਕਣਕ ਦੀ ਵੀ ਲੈ ਆਉਂਦੇ ਆ ਨਾਲੇ ਪਰ ਕਣਕ ਦੀ ਲੋਣੀ ਮਗਰਾ ਜੀ ਨੂੰ ਕਹਿੰਦੇ ਆ ਅੱਛਾ ਜੀ ਮਾਛੀ ਕੇ ਪਾਣੀ ਵੀ ਮਗਰ ਲਾਉਂਦੇ ਆ ਜਿਹੜੇ ਮਾਛੀ ਹਨ ਜੇ ਪਾਣੀ ਉਹ ਦੇਣ ਜਾਂਦੇ ਆ ਤਾਂ ਉਹਨੇ ਵੀ ਦੋ ਤਰ੍ਹਾਂ ਭੜੀਆਂ ਕੱਟਿਆ ਕਰਕੇ ਅੱਛਾ ਬਾਬਾ ਲੈ ਲੈ ਲਾ ਬਿਆ ਹੁਣ ਤੁਹਾਨੂੰ ਦੱਸ ਕੇ ਤੇਰੇ ਅਬੇਰੀ ਕੀ ਕੰਮ ਕਰਦੇ ਹੁੰਦੇ ਆ ਮੇਰੇ ਅਬੇ ਜ਼ਿਮੀਦਾਰੀ ਕਰਦੇ ਨੇ ਆਪਣੀ ਪੈਲੀ ਚ ਕਿਦੀ ਬੰਦੇ ਸੋ ਭਾਈ ਆ ਵਾਲੀ ਹੈ ਮੈਂ ਇਹਨਾਂ ਨਹੀਂ ਕਿੰਨਾ ਨਹੀਂ ਸਿਖਾਉਂਦੀ ਸੀ ਪੈਲੀ ਉਹ ਆ ਸਿਖਾਉਂਦੀ ਸੀ ਕਿਹੜੀਆਂ ਸਿਖਾਉਂਦੀ ਆ ਮਾਨੂ ਵਰਾਂ ਦੀ ਮਾਨੂ ਵਰਾਂ ਦੀ ਆ ਸਾਹਮਣੇ ਮਾਨੂ ਮਾਨ ਸਿੰਘ ਸੀ ਦਾ ਨਾਮ ਆ ਮਾਨ ਸਿੰਘ ਆ ਜੋ ਭਰਾ ਹੈ ਅੱਛਾ ਇੱਕ ਮਾਨ ਸਿੰਘ ਇੱਕ ਕਿਹੜਾ ਇੱਕ ਮਾਨੂ ਸੀ ਉਹਦੇ ਦਾ ਆ ਘਰ ਤੋਂ ਨੂੰ ਵਖਾ ਦੇਣੀ ਜਿਹੜਾ ਵਖਾ ਪੂਰਾ ਨਾਮ ਦੱਸ ਦੇ ਰਹੇ ਨੇ ਉਹਨਾਂ ਨੇ ਹੁਣ ਨਹੀਂ ਬਸੀ ਬੱਚੇ ਹਨ ਨਹੀਂ ਬਾਬਾ ਨਾਂ ਦੇ ਹਨ ਨਾ ਹਾਂ ਮਾਨੂ ਸਿੰਘ ਜੁੱਜਾ ਸਿੰਘ ਕਿਹੜਾ ਸਿੰਘ ਸੀ ਤੇ ਖੂ ਅਸੀਂ ਬੰਗ ਜਾਈ ਖੂ ਅਸੀਂ ਬੰਗ ਜਾਈ ਪਹਿਲਾ ਬੰਗ ਜਾਈ ਨਾ ਤੁਹਾਡੇ ਬੁੱਢੇ ਲੱਗਿਆ ਸਮਝ ਪਤਾ ਚਲੇਗਾ ਜੇ ਸਿੱਧੀਆਂ ਗੱਲਾਂ ਪੁੱਛਣੀਆਂ ਨਹੀਂ ਸੀ ਮੇਰੇ ਕੋਲ ਸਿੱਧੀਆਂ ਦਾ ਸਿੱਧੀਆਂ ਬਾਬਾ ਮੈਂ ਸਿੱਧੀਆਂ ਗੱਲ ਕਰਨਾ ਨਾ ਭਾਵੇਂ ਕੋਈ ਮੈਨੂੰ ਮਾਰ ਛੜੇ ਬਿਲਕੁਲ ਸੱਚੀਆਂ ਸੱਚੀਆਂ ਜੋ ਜੋ ਕੀਤਾ ਉਹ ਦੱਸੋ ਸਾਰਾ ਕੁਝ ਉਹ ਜੋ ਜਿਹੜਾ 25 ਸਾਲ ਪਾਈ ਜ਼ਮੀਨ ਬਾਹਰ ਲੈਂਦਾ ਸੀ ਨਾ ਪੰਜ ਹਨ ਉਹਦੇ ਨਾਂ ਲੱਗ ਜਾਂਦੀ ਹੈ ਇਹ ਫਿਰ ਤੁਹਾਨੂੰ ਉਠਾਇਆ ਕਿ ਅਸੀਂ ਇੱਕ ਖੂਹ ਤੇ ਵਾਈ ਕਰ ਦੇ ਲਿਆ 10 ਘਰ ਪੰਜ ਹੈ ਤੇ ਤੁਸੀਂ ਪਰਲੇ ਡੇਰੇ ਤੇ ਤੁਰ ਗਏ ਅੱਛਾ ਜੀ ਫਿਰ
ਉਹਨੂੰ ਮਾਰੋ ਜੀ। ਅੱਛਾ ਬਾਬਾ ਜੀ, ਹਾਂਜੀ, ਇਹ ਸ਼ਾਦੀ ਵਿਆਹਾਂ ਦੇ ਕੋਈ ਵਰਤੋਂ ਭਾਜੀ ਹੈ ਸੀ ਸਿੱਖਾਂ ਨਾਲ? ਵਰਤਦੇ ਇਦਾਂ ਜੀ, ਹਾਂ ਭਾਈ, ਉਹਦਾ ਖਾਣਾ ਪਕਾਉਣਾ ਹੈ, ਹਾਂ, ਤੇ ਰਾਹ ਰੱਖਦੇ ਨਹੀਂ, ਹਾਂ ਕਈਆਂ, ਅੱਛਾ ਭਾਈ, ਜਿਹੜਾ ਬੰਦਾ ਇੱਥੋਂ ਉੱਥੇ ਖੜਾ ਦੇਣਾ, ਉੱਧਰ ਦੀ ਰਾਹ ਰਾਹ 'ਚ ਖੜਾ ਦੇਣਾ, ਪਰ ਲੰਗਰ ਪੱਕਾ ਖਾ ਕੇ ਜਾਵੇ। ਆਪਣੇ ਗੁਰਦੁਆਰਾ ਸੀ ਮਸਜਿਦ ਦੇ ਲਾਗੇ, ਉੱਥੇ ਕੋਈ ਲੰਗਰ ਸਿੰਘ ਕੋ ਹਲਵਾ ਸ਼ਲਵਾ ਕੋਈ ਚੀਜ਼ਾਂ ਵੰਡਦੇ ਹੁੰਦੇ ਹੈ ਕਿ ਨਹੀਂ? ਇੱਥੇ ਹੀ ਵੰਡਦੇ ਨੇ, ਉੱਥੇ ਹੀ ਵੰਡਦੇ ਆ। ਜਾਂਦੇ ਹੁੰਦੇ ਲੈਣ ਤੁਸੀਂ ਵੀ? ਹਾਂ, ਤੇ ਫਿਰ ਵਿਸਾਖੀ ਲੱਗਦੀ ਸੀ। ਅੱਛਾ, ਇਹ ਵੱਡੇ ਹਨ ਮੰਦਾਰ ਦੇ। ਅੱਛਾ, ਤੇ ਕਲਿਆਰ ਜਿਹੜਾ ਸੀ ਉਹ ਛੋਟਾ ਸੀ। ਅੱਛਾ, ਇਹ ਦੋਵੇਂ ਭਰਾ ਨੇ। ਅੱਛਾ ਅੱਛਾ, ਉੱਥੇ ਪਹਿਲਾਂ ਵਿਸਾਖੀ ਜਾਂਦੇ ਹਨ, ਤੇ ਜਦੋਂ ਇੱਥੋਂ ਬੰਦੇ ਜਾਣੇ ਉੱਥੇ ਵਿਸਾਖੀ, ਉਹਨੇ ਸਲਾਮਾਂ ਕਰੀ, ਉਹ ਸਾਡੇ ਬਾਬੇ ਆਏ ਗਏ ਨੇ। ਅੱਛਾ, ਹੈਂ, ਉਹ ਛੋਟਾ ਸੀ ਕਲਿਆਰ ਦੇ, ਮੰਦਾਰ ਵੱਡਾ ਸੀ। ਚੌਲ ਪਕਾਉਣੇ ਖਾਓ ਵਧੀਆ ਸਮ। ਕੋਈ ਸੰਧੂ ਸਾਨੂੰ ਕੰਮ ਕਰ ਲਾ ਪਿਆ ਦੇਣ ਅੱਛਾ ਪਿੰਡ ਦੇ ਵਿੱਚ ਉਦੋਂ ਦਰਬਾਰ ਹੁੰਦਾ ਸੀ ਮੇਲਾ ਜਿੱਥੇ ਲੱਗਦਾ ਹੋਵੇ ਬਾਬੇ ਦਾ ਪਿੰਡ ਪਾਰ ਵਾਲੇ ਦਾ, ਉਹਨੂੰ ਸ਼ਾਸ਼ ਕਲੀ ਆਉਂਦੇ ਜਿਸੇ ਮਲੰਗ ਆਉਂਦੇ ਨੇ, ਬਾਬਾ ਪਾਰ ਵਾਲਾ ਆਉਂਦਾ ਤੇ ਘਰ ਘਰ ਮੰਜਾ ਪੱਕਦਾ, ਉਹਦੇ ਵੀ ਸਿੱਖ ਇੱਥੇ ਸਨ, ਤੇ ਤਾਂ ਹੀ ਉਹ ਵੀ ਵਿੱਚ ਬਾਬੇ ਦੇ ਮਰੀਜ਼ ਸਨ ਸਿੱਖ। ਸਿੱਖ ਆਪਣੀ ਲੋਹੜੀ ਮਨਾਉਂਦੇ ਹੁੰਦੇ ਹਾਂ? ਹਾਂ, ਕਿਵੇਂ ਮਨਾਉਂਦੇ, ਥੋੜੀ ਦੱਸੋ ਕੀ ਕਰਦੇ ਹਨ? ਲੋਹੜੀ ਮਨਾਉਂਦੇ ਹਨ, ਫੁੱਲੇ ਪਕਾ ਲੈਣੇ, ਗੁੜ ਦੇਣਾ, ਹੈ ਫੁੱਲੇ ਦਾਣੇ ਛਲੀਆਂ ਦੇ ਜਿਹੜੇ ਹੁੰਦੇ ਇਹ ਫੁੱਲੇ, ਅੱਜ ਫੁੱਲੇ ਹੋਣੇ, ਉਹ ਚੋਲੀਆਂ ਗੁੜ ਪਾ ਦੇਣਾ। ਅੱਛਾ, ਹਾਂ, ਤੇ ਨਾਲ ਪਾ ਹੈ ਦੇਣੇ। ਅੱਛਾ ਜੀ, ਬੈ ਲਓ ਜੀ, ਹਾਂ, ਤੇ ਜਾ ਕੇ ਤੌੜੀਆਂ ਭਰਨੀ, ਮੂੰਹ ਮਾਈ ਕਰ ਲਓ। ਅੱਛਾ ਅੱਛਾ, ਹੈ ਕੁੜੀਆਂ ਮੁੜੀਆਂ ਮਰੀਜ਼ ਬਣ ਕੇ ਲੈ ਗਿਆ ਘਰੇ, ਲੜਾਈ ਨੀ ਸਾਡੇ ਪਿੰਡ, ਕਿਸੇ ਲੜਾਈ ਨੀ, ਨਾ ਕੋਈ ਮਰਿਆ ਹੀ। ਸਾਨੂੰ ਕੰਮ ਚਾਹੀਦਾ, ਜਾਂ ਸਾਡੇ ਬਈ ਕੋਠੇ ਲਿਮਣ ਵਾਲੇ ਨੇ, ਕਈਆਂ ਬੰਦੇ ਚਾਹੀਦੇ ਨੇ,
ਉਹਨੇ ਹਜਾ ਆ ਜਾਣੀ ਜਾਂ ਸਵੇਰੇ ਚਲੋ ਇੰਤਜ਼ਾਮ ਕਰੋ ਸਭ ਹੈ ਉਹ ਅੱਜ ਅੱਜ ਬਣਾਉਣੀ ਜਿਹੜੀ ਮਿੱਟੀ ਆਈ ਹੈ ਉਹ ਘੁਮਿਆਰਾਂ ਨੂੰ ਆਖਣਾ ਮਿੱਟੀ ਸੁੱਟ ਜਾਓ ਉਹ ਇਹਨਾਂ ਕਹਾਣੀ ਮਾਰ ਜਾਣੀ ਅਤੇ ਕੋਠੇ ਲਿਮ ਜਾਣੀ ਮੁੜ ਕੇ ਰੋਟੀਆਂ ਨੂੰ ਪਕਾਉਣੀਆਂ ਉਹਨੇ ਖਵਾਉਣੇ ਭਗਤ ਸਿੰਘ ਇਹ ਆਏ ਨੇ ਲੋਕਾਂ ਬੰਦਿਆਂ ਮੈਨੂੰ ਦੱਸੇ ਨੇ ਉਹ ਪੱਠੇ ਵੱਜਦਾ ਮੈਂ ਆਖਿਆ ਹੁਣ ਸਾਨੂੰ ਕੀ ਪਤਾ ਕਿਹੜੇ ਆਏ ਨੇ ਉਹ ਡੇਰੇ 'ਚ ਅਸੀਂ ਆਪ ਉਹਨਾਂ ਨੇ ਮੁਹੱਬਤ ਪਿਆਰ ਕਰਦੇ ਰਹੇ ਉਹਨੇ ਜਾਂਦੇ ਰਹੇ ਲੱਗਿਆ ਸਾਨੂੰ ਬਿਲਕੁਲ ਬਿਲਕੁਲ ਅਤੇ ਕੰਮ ਮੁੱਕਾ ਜਾਂਦੇ ਰਹੇ ਹੈ ਅਤੇ ਜੇ ਅੱਛਾ ਬਾਬਾ ਜੀ ਹਾਂਜੀ ਮੈਨੂੰ ਇਹ ਦੱਸੋ ਕਿਉਂ ਬਾਬੇ ਉਦੋਂ ਦੇ ਤੁਹਾਡੇ ਬਚਪਨ ਵਾਲੇ ਪਹਿਲਾ ਜ਼ਮਾਨਾ ਜਿਹੜਾ ਸਿੱਖ ਇੱਥੇ ਰਹਿੰਦੇ ਹਨ ਮੁਸਲਮਾਨ ਇਕੱਠੇ ਹਨ ਉਹ ਜ਼ਮਾਨਾ ਯਾਦ ਆਉਂਦਾ ਵੀ ਉਹ ਸਹੀ ਸੀ ਕਿਉਂ ਵਾਲਾ ਉਹ ਸਹੀ ਸੀ ਜਦੋਂ ਇਕੱਠੇ ਵੱਸਦੇ ਹੋ ਲੋੜ ਪਈ ਹੈ ਤੇ ਮੈਂ ਤੇਰੇ ਕੋਲ ਗਿਆ ਬਾਹਰ ਹੀ ਤੇ ਤੂੰ ਪੁੱਛਿਆ ਆ ਬਈ ਕਿੱਧਰ ਆਇਆ ਜਾਣਿਆ ਦੀ ਲੋੜ ਹੀ ਜਾਂ ਕਿਹੜੀ ਸ਼ਾਇਦ ਦੀ ਲੋੜ ਹੀ ਉਹ ਇੱਥੇ ਪੂਰੀ ਕਰ ਲੈ ਜਾ ਮੇਰੇ ਘਰੋਂ ਖੇਡਣਾ ਇਕੱਠੇ ਘਰੋਂ ਲੈ ਹੈ ਉਦੋਂ ਲੋਕ ਏਡਾ ਮਾਮਲ ਹੁਣ ਤੱਕ ਪੁੱਛ ਰਹੀ ਭਾਵੇਂ ਕੋਈ ਬਾਦਸ਼ਾਹ ਇੱਛਾ ਬਣਿਆ ਤੇ ਕੋਈ ਇਹ ਨਹੀਂ ਆਉਂਦਾ ਪੁੱਛਦੇ ਖਾਲੀ ਵੀ ਅਗਰ ਨਹੀਂ ਖਾਲੀ ਖੇਡਦੇ ਰਹਿੰਦੇ ਹਨ ਘਰ ਨਾਲ ਕਈ ਜੀ ਖੇਡਦੇ ਹਨ ਸਾਰੇ ਲੱਗਿਆ ਸਰ ਬਾਬਾ ਜੀ ਤੁਸੀਂ ਵੀ ਥੋੜਾ ਕੁ ਦੱਸੋ ਜਦੋਂ ਇਕੱਠੇ ਸਨ ਹਾਂਜੀ ਇਕੱਠੇ ਵੱਸਦੇ ਹੋ ਸਿੱਖ ਇਸਾਈ ਹਿੰਦੂ ਖੱਤਰੀ ਸਾਰੇ ਮੁਕੰਮਲ ਜੋ ਸਾਰੇ ਇਕੱਠੇ ਸਨ ਉਹ ਜ਼ਮਾਨਾ ਸਹੀ ਸੀ ਕਹਾਉਣ ਵਾਲਾ ਸਹੀ ਤੁਹਾਡੇ ਦਿਨ ਕੀ ਉਹ ਸਹੀ ਸੀ ਬਿਲਕੁਲ ਹੁਣ ਦੇ ਵਿੱਚ ਕੁਸਰੀਆਂ ਬੜੀਆਂ ਕਰਤੂਤਾਂ ਬੜੀਆਂ ਉਹ ਸਾਨੂੰ ਜਿਹੜੇ ਹਨ ਉਹ ਸਹੀ ਸਨ ਬਿਲਕੁਲ ਨਜ਼ਦੀਕ ਜਿਵੇਂ ਆਪਣੇ ਹੀ ਨੇ ਉਹ ਇਸ ਤਰ੍ਹਾਂ ਹੈ ਨਾ ਬਈ ਇਹ ਜਿਹੜੀ ਗੱਲ ਹੁਣ ਦੀ ਹੈ ਨਾ ਇਹ ਨਹੀਂ ਸੀ ਹੈਗੀ ਹੁਣ ਲੋਚਕ ਰੁਚੀਆਂ ਬੜੀਆਂ ਉਦੋਂ ਇਹ ਨਹੀਂ ਸੀ ਆਇਆ ਜਿਹਦੇ ਕੋਲੋਂ ਕੰਮ ਲੈਣਾ ਉਹਨੇ ਸਾਰਾ ਦੇਣਾ ਲੈਣਾ ਭਰਾ ਵਾਂਗੂ ਵਸਣਾ ਰਸਣਾ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਸੀ ਹੁੰਦੀ ਵੀ ਬਾਈ ਕੀਤੀ ਹੈ ਕਰਨ ਡਿਆ ਕਿ ਨਹੀਂ ਕਰਨ ਡਿਆ ਉਹਨਾਂ ਆਪਣਾ ਮਰਜ਼ੀ ਨਾਲ ਹੀ ਜਾਣਾ ਇਹ ਚੱਕਰ ਸੀ ਹੁਣ ਜੀ ਇਹ ਕੋਈ ਗੱਲਬਾਤ ਨਹੀਂ ਸਾਡੇ ਦੋ ਦੋ ਤਿੰਨਾਂ ਤਿੰਨਾਂ ਹਾਲਾਂ ਦੀ ਵਾਹੀ ਹੁੰਦੀ ਸੀ ਸਾਡਾ ਪਿਓ ਜਿਹੜਾ ਉਹ ਖੈਰੀ ਮੇਰੀ ਮੰਨਿਆ ਤੰਨਿਆ ਚਾਚਾ ਸਾਡਾ ਸੀ ਉਹਦੇ ਨਾਲ ਸਾਇਨ ਦੱਸਿਆ ਚਾਚਾ ਸਾਡਾ ਸੀ ਪੰਜ ਭਰਾ ਸਨ ਸਾਡੀਆਂ ਦੋ ਫੁੱਫੀਆਂ ਤੇ ਉਹ ਫਿਰ ਸਾਨੂੰ ਉਹਨਾਂ ਸਾਰੇ ਉੱਤੇ ਨਾਂ ਲਿਖ ਕੇ ਕਲਾਏ ਸਨ ਅੱਗੋਂ ਸਾਡੇ ਕੋਲ ਚਿੱਠੀ ਗਵਾਚ ਗਈ ਅਸੀਂ ਚੁੱਪ ਕਰਕੇ ਬਹਿ ਗਏ ਤੇ ਉਹ ਹੁਣ ਅੱਲਾ ਕੀ ਤੁਸੀਂ ਨਾਂ ਗਿਲਾ ਜਿਹਨਾਂ ਤੁਸੀਂ ਪਹਿਲੀ ਬੰਦੇ ਹੋ ਹਾਂ ਅਗਰ ਉਹ ਵੀਡੀਓ ਵੇਖਣ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਆਪਣੇ ਪਿੰਡ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਤੋਂ ਸਰਦਾਰ ਗਏ ਨੇ ਉਹ ਜ਼ਿੰਦਾ ਖੁਦ ਹੋਣ ਜਾਂ ਉਹਨਾਂ ਦੀ ਔਲਾਦ ਹੋਵੇ ਉਹਨਾਂ ਕੁਝ ਕਹਿਣਾ ਚਾਹੋ ਤੁਸੀਂ ਕਹੋ ਕੀ ਤੁਹਾਡੇ ਦੇਣ ਚ ਆ ਬਈ ਉਹ ਖੁਸ਼ਖਬਰੀ ਦਾ ਸਮਾਨ ਮਿਲ ਜਾਏ ਕਿ ਆਪਣਾ ਖੁਸ਼ਖਬਰੀ ਜਿਹੜੇ ਪਿਛਲੇ ਉਹ ਜਾਗ ਪੈਣ ਤੇ ਨਹੀਂ ਸਹੀ ਉਹ ਜੇ ਆਪਣਾ ਵੀਡੀਓ ਚੱਲ ਜਾਏ ਤੇ ਅਸੀਂ ਸਗੋਂ ਸਗੋਂ ਸਾਡੇ ਕੋਲ ਵੀਡੀਓ ਆ ਜਾਏ ਅਸੀਂ ਉਹਨਾਂ ਨਾਲ ਰਾਬਤਾ ਕਰੀਏ ਦਲਾਮ ਸਲਾਮ ਸਭਦਿਆਂ ਦੀ ਉਹ ਆਪਣੇ ਪਿੰਡ ਆਉਣ ਕਿ ਨਾ ਆਉਣ ਹੁਣ ਆਉਣ ਕਿ ਆਉਣ ਆ ਜਾਣ ਅਸੀਂ ਤੇ ਉਹਨਾਂ ਨੂੰ ਵਾਕਿਆ ਸੀ ਆਓ
ਉਹ ਮੁੰਡਾ ਆਖਣ ਲੱਗੇ ਜੀ ਅਸੀਂ ਨਹੀਂ ਸਾਡਾ ਪਰਮਿਟ ਨਹੀਂ ਬਣਦਾ, ਉਹ ਜੰਗ ਦਾ ਰੌਲਾ ਪੈ ਗਿਆ। ਉਹ ਤਾਂ ਕਾਫੀ ਸਾਲਾਂ ਦੀ ਗੱਲ ਹੋ ਗਈ। ਹਾਂ ਕਾਫੀ ਸਾਲ। ਜੇ ਉਹਨਾਂ ਨਾਲ ਕੋਈ ਪ੍ਰਬੰਧ ਲੱਗ ਜਾਵੇ ਕੋਈ ਐਸਾ। ਹੁਣ 100 ਬਿਸਮਿਲਾ 100 ਬਿਸਮਿਲਾ ਉਹਨਾਂ ਦੇ ਸਾਨੂੰ ਆਣ ਕੇ ਮਿਲਣ, ਅਸੀਂ ਫਿਰ ਉਹਨਾਂ ਕੋਲ ਲੱਗੇ ਚੱਲਾਂ ਕਰਾਂਗੇ। ਠੀਕ ਨੇ, ਚਲ ਤੁਹਾਡੇ ਪਿੰਡ ਵਾਲੇ ਵੇਖਣਗੇ। ਹਾਂ ਸਾਰੇ ਵੇਖਣ ਪਏ ਆ ਬੰਦੇ। ਤੁਸੀਂ ਕੋਈ ਕਹਿਣਾ ਆਪਣੇ ਪਿੰਡ ਵਾਲਿਆਂ ਨੂੰ? ਹਾਂ ਕੀ ਕਹਿਣਾ ਕਹੋ ਕੋ ਸਲਾਮ ਜੋ ਜੇ ਆ ਜਾਏ ਦਬਾਉਣਾ। ਬੜੀ ਖੁਸ਼ੀ ਮਿਲਦੇ ਪਏ ਨੇ, ਬੜੀ ਖੁਸ਼ੀ ਨਾਲ ਦੁਆ ਸਲਾਮ ਜਾ ਜਾਏ। ਹਾਂ ਬੜੀ ਮਹੱਬਤ ਉਹਨੇ ਕੀਤੀ ਸਾਡੇ ਨਾਲ, ਹਾਂ ਤੇ ਬੜੀ ਖੁਸ਼ ਖਬਰੀ ਆ ਸਾਡੇ ਨਾਲ ਮਿਲਣ ਕੇ। ਉਹ ਇਹਨਾਂ ਕੋ ਪਿਆਰ ਕਰਦੇ ਹਨ। ਮੈਂ ਤੁਹਾਨੂੰ ਦੱਸਿਆ ਬਈ ਜਿਹੜਾ ਕੁੱਕਾ ਇੱਕ ਗਿਆ ਜਾਂ ਬਾਲਣ ਲਾਏ ਜੀ, ਉਹਨੇ ਆਖਿਆ ਵੀ ਹੁਣ ਦੂਜੇ ਘਰ ਨਹੀਂ ਜਾਣਾ, ਮੇਰੇ ਕੋਈ ਪੂਰਾ ਕਰ ਲੈ ਸਾਡਾ ਜਵਾਈ ਘੋੜੀ ਹੋਣੀ ਦੇਣੀ। ਜੇ ਉਹਦੇ ਘਰ ਛੱਡਣ ਜਾਣੀ ਤੇ ਉਹਨੇ ਆਖਿਆ ਨਹੀਂ ਪੁੱਤਰ ਮੈਂ ਤੁਹਾਨੂੰ ਦਿੱਤੀ ਜਦੋਂ ਆਪ ਗਏ। ਯਾਨੀ ਪਿੰਡ ਦਾ ਕੋਈ ਵੀ ਆਪਣੇ ਪਿੰਡ ਦੀ ਧੀ ਸਾਡੀ ਧੀ ਸਿੱਖ ਕਰਦੇ ਸਾਡੀ ਲਾਭ ਸਿੰਘ ਸੀ। ਉਹਦਾ ਬੱਚਾ ਜਾਂ ਸ਼ੇਰਵਾਕ ਨਿਕਲਿਆ। ਅੱਛਾ, ਆਪ ਲਾਭ ਸਿੰਘ ਨੰਬਰਦਾਰ ਦੀ ਗੱਲ ਕਰਦੇ ਪਏ? ਹਾਂ ਲਾਭ ਸਿੰਘ ਨੰਬਰਦਾਰ ਦੀ। ਹਾਂ ਹਾਂ, ਤੇ ਉਹ ਜਿਸ ਦੀ ਦੁਕਾਨ ਨਹੀਂ ਹੈ ਉੱਥੇ ਕੁਦਰਤ ਬੈਠਾ ਸੀ। ਅੱਛਾ, ਉਹ ਇੱਕ ਨਾਲ ਬੰਦਾ ਬੈਠਾ ਸੀ। ਅੱਛਾ, ਤੁਹਾਡੀ ਆਪਣੀ ਬਰਾਦਰੀ ਦਾ। ਉਹ ਆਂਦਾ ਇਹ ਕਿਹੜਾ ਲੱਗਿਆ? ਪਤਾ ਤੇ ਉਹਨੂੰ ਸੀ ਨਾ ਮੇਰਾ ਮੁੰਡਾ ਮੇਰਾ ਹੀ। ਕਿਹੜਾ ਹੈਗਾ ਤੇਰਾ ਬੱਚਾ? ਅਗਰ ਉਹਦੇ ਬਜਾ ਉਹਨੇ ਸਿਰ ਪਾਇਆ। ਅੱਛਾ, ਉਹ ਭਰ ਕੇ ਨਾ ਮਿਰਚੀ ਦਾ ਬੁੱਕ ਤੇ ਉਹਦੇ ਸਰੀਰ ਪਾ ਦਿੱਤਾ ਆਪਣੇ ਬੱਚੇ ਵਿੱਚ। ਕਾਹਦੇ ਵਾਸਤੇ? ਭਾਈ ਪੁੱਤਰ ਇਸ ਤਰ੍ਹਾਂ ਸਾਰੀਆਂ ਜਿਵੇਂ ਸਾਡੀਆਂ ਧੀਆਂ ਨੇ ਇਸ ਤਰ੍ਹਾਂ ਧੀਆਂ ਪਾਇਆ ਨੇ ਪੱਗ ਸਿਰ ਪਰਦਾ ਕਰਕੇ ਤੇ ਜਾਓ ਫਿਰ ਨਹਾ ਕੇ ਵੀ ਹੋ ਤੇ ਸਿਰ 'ਤੇ ਪੱਗ ਬੰਨੀ ਮੋਦਾ ਪਾ ਕੇ ਜਾਣੇ। ਹਾਂ ਉੱਥੋਂ ਮੋਦਾ ਪਾ। ਚਲੋ ਬਾਬਾ ਜੀ, ਤੁਹਾਡੀ ਬੜੀ ਮਿਹਰਬਾਨੀ। ਦੋ ਬਾਬਿਆਂ ਦੀ ਸਾਨੂੰ ਗੱਲਾਂ ਸੁਣੀਆਂ ਆਪਣੇ ਪਿੰਡ ਵਾਲਿਆਂ ਪੁਰਾਣੀਆਂ। ਤੁਹਾਡੀ ਬੜੀ ਮਿਹਰਬਾਨੀ। ਸਾਰੀ ਤੁਸੀਂ ਗੱਲ ਜਿਹੜੀ ਸੁਣ ਲਈ ਬਜ਼ੁਰਗਾਂ ਦੀ, ਅਗਰ ਤੁਸੀਂ ਇਸੇ ਪਿੰਡ ਦਾ ਵਲੌਗ ਵੇਖਣਾ ਚਾਹੁੰਦੇ ਇਸ ਪਿੰਡ ਦੇ ਪੁਰਾਣੇ ਘਰ, ਗੁਰਦੁਆਰਾ ਮਾਤਾ ਰਾਣੀ ਤੇ ਆਪਣੇ ਸੀਵੀਏ ਜਿੱਥੇ ਚਿਤਾ ਜਲਾਉਂਦੇ ਹੁਣ ਆਪਣੇ ਸਾੜਦੇ ਹਨ ਆਪਣੇ ਮਰਨ ਵਾਲਿਆਂ ਨੂੰ, ਤੇ ਹੋਰ ਵੀ ਪਿੰਡ ਦੀਆਂ ਪੁਰਾਣੀਆਂ ਸੰਦਾਲੀਆਂ ਚੀਜ਼ਾਂ ਵੇਖਣੀ ਚਾਹੁੰਦੇ, ਸਾਡਾ ਦੂਸਰਾ ਚੈਨਲ ਹੈ ਪੰਜਾਬੀ ਵਿਲੇਜ ਦੇ ਨਾਂ ਤੋਂ ਅਸੀਂ ਜਿਹੜੇ ਪਿੰਡ ਦਾ ਇੰਟਰਵਿਊ ਕਰਨੇ ਆ ਤੁਹਾਨੂੰ ਦੱਸਦੇ ਜਾਈਏ ਕਿ ਉਸੇ ਪਿੰਡ ਦਾ ਹੀ ਵਲੌਗ ਵੀ ਬਣਾਈਦਾ। ਅਗਰ ਉੱਥੇ ਪੁਰਾਣੀ ਚੀਜ਼ਾਂ ਹੋਣ ਉੱਥੇ ਸਿੱਖ ਰਹਿੰਦੇ ਹੋਣ ਤਾਂ ਫਿਰ ਅਸੀਂ ਬਣਾਉਂਦੇ ਹਾਂ ਕਿ ਚਲੋ ਜਿਹੜੇ ਸਿੱਖ ਸਰਦਾਰ ਇੱਧਰ ਨਹੀਂ ਆ ਸਕਦੇ, ਉਹਨਾਂ ਵੀਜ਼ਾ ਨਹੀਂ ਲੱਗ ਸਕਿਆ ਕਿਸੇ ਕਾਰਨ ਨੂੰ ਨਹੀਂ ਆ ਸਕਦੇ, ਚਲੋ ਉਹ ਹੋਰ ਕੁਛ ਨਹੀਂ ਆਪਣੇ ਜਿਹੜਾ ਵੀਡੀਓ 'ਤੇ ਆਪਣਾ ਪਿੰਡ ਵੇਖ ਲੈਣ, ਚਲੋ ਉਹਨਾਂ ਦਾ ਮਨ ਠੰਡਾ ਹੋ ਜਾਏਗਾ। ਅਤੇ ਮਿਲਾਂਗੇ ਇੱਕ ਨਵੀਂ ਵੀਡੀਓ, ਉਹ ਤੱਕ ਮੈਨੂੰ ਅਤੇ ਅਕਰਮ ਸਾਹਿਬ ਦੀ ਇਜਾਜ਼ਤ, ਰੱਬ ਰੱਖਾ ਜੀ।